ਸਾਲਾਂ ਦੀ ਕਿਲਿਆਂ 'ਚ ਰਹਿਣ ਵਾਲੇ ਪਹਿਲੀ ਰਾਤ ਝੌਂਪੜੀ 'ਚ ਜ਼ਮੀਨ 'ਤੇ ਸੁੱਤੇ ਸਨ। ਇਹ ਸਤਪੋ ਜ਼ਰੂਰ ਚੇਤੇ ਰੱਖਿਓ ਪਿਆਰਿਓ, ਕਹਿਣਾ ਬਹੁਤ ਸੌਖਾ ਹੈ। ਕੀ ਕਰਾਂ, ਮਾਂ ਜੀ ਕਹਿੰਦੇ ਆ ਕੁੰਮੇ ਨੂੰ ਕਿ ਮੇਰੇ ਬੱਚਿਆਂ ਨੂੰ ਭੁੱਖ ਲੱਗੀ ਹੈ। ਉਹ ਕਹਿੰਦਾ ਮਾਂ ਜੀ ਮੇਰੇ ਘਰ ਖਾਣ ਨੂੰ ਕੁਛ ਨਹੀਂ। ਫਿਰ ਉਹ ਕੁੰਮਾ ਮਾਸ਼ਕੀ ਉਸੇ ਰਾਤ ਨੂੰ ਲਛਮੀ ਬ੍ਰਾਹਮਣੀ ਉਹਦੇ ਘਰ ਜਾਂਦਾ, ਉਹ ਫਿਰ ਬਜ਼ੁਰਗ ਸੀ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਭਾਈ ਪਿੰਦਰਪਾਲ ਸਿੰਘ ਇਤਿਹਾਸ ਬਿਆਨ ਕਰਦੇ ਪਏ ਨੇ, 6 ਪੋਹ ਤੋਂ 13 ਪੋਹ ਤੱਕ ਮੁਕੰਮਲ ਹਿਸਟਰੀ ਜੋ ਕਿ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੋਈ, ਵਜ਼ੀਰ ਖਾਨ ਦੀਆਂ ਫੌਜਾਂ ਨੇ ਜਿਸ ਤਰ੍ਹਾਂ ਹਮਲਾ ਕੀਤਾ, ਸਾਰੀ ਹਿਸਟਰੀ 6 ਪੋਹ ਤੋਂ 13 ਪੋਹ ਤੱਕ ਦੀ ਮੁਕੰਮਲ ਥੋੜ੍ਹੀ ਥੋੜ੍ਹੀ ਕਰਕੇ ਭਾਈ ਪਿੰਦਰਪਾਲ ਸਿੰਘ ਇਸ ਕਥਾ 'ਚ ਬਿਆਨ ਕਰ ਰਹੇ ਨੇ, ਜ਼ਰੂਰ ਸੁਣਿਆ ਜੇ ਦੋਸਤ। 6 ਪੋਹ ਦੇ ਦੁਪਹਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨਾਲ ਇਹ ਫੈਸਲਾ ਕਰ ਲਿਆ ਕਿ ਆਪਾਂ ਆਨੰਦਗੜ੍ਹ ਦੇ ਕਿਲੇ ਨੂੰ ਅੱਜ ਰਾਤ ਛੱਡ ਦੇਣਾ ਹੈ। ਪਲੀਜ਼ ਥੋੜ੍ਹਾ ਜਿਹਾ ਨੋਟ ਕਰਿਓ, ਹਾਲਾਂਕਿ ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਨਿਕਲਿਆ ਜ਼ਰੂਰ ਹਾਂ, ਕਿਉਂਕਿ ਸਲੋਕ ਹੈ, ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਪਰ ਮੇਰਾ ਫਰਜ਼ ਬਣਦਾ ਪ੍ਰਚਾਰਕ ਹੋਣ ਦੇ ਨਾਤੇ ਇਹ ਤਰੀਕਾ ਆਪਾਂ ਨੋਟ ਕਰੀਏ। 6 ਪੋਹ ਦੁਪਹਿਰ ਨੂੰ ਇਹ ਫੈਸਲਾ ਹੋਇਆ, ਕਿਉਂ ਹੋਇਆ ਮੈਂ ਕੱਲ੍ਹ ਨੂੰ ਵੀ ਅਰਜ਼ ਕਰਾਂਗਾ। ਯਾਦ ਰੱਖਿਓ, ਆਨੰਦਪੁਰ ਸਾਹਿਬ ਧਰਮ ਸ਼ਬਦ ਦੀ ਕਦਰ ਜਾਣਦਾ। ਜਿਸ ਦਿਨ 16 ਬ੍ਰਾਹਮਣ ਆਏ, ਕੱਲ੍ਹ ਨੂੰ ਆਪਾਂ ਕਥਾ ਕਰਾਂਗੇ, 16 ਬ੍ਰਾਹਮਣ ਪੰਡਿਤ ਕਿਰਪਾ ਰਾਮ ਦੱਤ ਜੀ ਦੀ ਅਗਵਾਈ 'ਚ ਆਏ, ਗਿਣਤੀ 16 ਲਿਖੀ ਖੋੜਸ, 16 ਜਣੇ ਆਏ ਆ। ਉਸ ਦਿਨ ਹਜ਼ੂਰ ਨੇ ਇਹ ਕਿਹਾ ਵੀ ਇਹਨਾਂ ਦੇ ਧਰਮ ਨੂੰ ਖਤਰਾ ਹੈ, ਤਿਲਕ ਜੰਜੂ ਦੇ ਵਾਸਤਾ ਪਾਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਦਿੱਲੀ ਨੂੰ ਤੁਰ ਪਏ। ਅਤੇ ਜਿਸ ਦਿਨ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਧਰਮ ਦਾ ਵਾਸਤਾ ਪਾਇਆ, ਉਦਨ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਦਾ ਬੇਟਾ ਆਪਣਾ ਘਰ ਛੱਡਣ ਨੂੰ ਤਿਆਰ ਹੋ ਗਿਆ, ਕਿਉਂਕਿ ਧਰਮ ਦੀ ਕਦਰ ਧਰਮ ਕਮਾਉਣ ਵਾਲਾ ਜਾਣਦਾ। ਬੇਧਰਮੀ ਬੰਦਾ ਤਾਂ ਧਰਮ ਦੀਆਂ ਸਹੁਆਂ ਖਾ ਕੇ ਰੋਜ਼ ਮੁੱਕਰ ਜਾਂਦਾ, ਉਹ ਤਾਂ ਮਹਾਰਾਜ ਦੀ ਝੂਰੀ ਝੂਠ ਬੋਲ ਬੋਲ ਕੇ ਮੁੱਕਰ ਜਾਂਦੇ ਲੋਕ ਜੀ। ਮੇਰੀ ਫਿਰ ਅਰਜ਼ ਹੈ ਕਿ 6 ਪੋਹ ਨੂੰ ਸਤਿਗੁਰਾਂ ਨੇ ਫੈਸਲਾ ਕਰ ਲਿਆ, ਅਤੇ ਜਦੋਂ ਆਪਾਂ ਜ਼ਫਰਨਾਮਾ ਪੜ੍ਹਦੇ ਹਾਂ, ਪਹਿਲੇ 12 ਸ਼ੇਰ ਜਿਹੜੇ ਨੇ ਉਹ ਤਾਂ ਸਤਿਗੁਰਾਂ ਨੇ ਪਰਮਾਤਮਾ ਦੀ ਸਿਫਤ ਵਿੱਚ ਗਏ। 13ਵਾਂ ਸ਼ੇਰ ਪਤਾ ਕੀ ਹੈ? ਮਰਾ ਐਤ ਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜ਼ਦਾ ਯਕੇਸਤ। ਜ਼ਫਰਨਾਮੇ ਦੇ ਔਰੰਗਜ਼ੇਬ ਨੂੰ ਇੱਥੋਂ ਸੰਬੋਧਨ ਕਰਦੇ ਨੇ, ਮਰਾ ਐਤ ਬਾਰੇ, ਮਰਾ ਦਾ ਅਰਥ ਮੈਨੂੰ, ਪਰਸ਼ੀਅਨ ਸ਼ਬਦ, ਪੰਜਾਬੀ ਵਾਲਾ ਮਰਾ ਨਹੀਂ, ਮਰਾ ਐਤ ਬਾਰੇ, ਐਤਬਾਰ ਦਾ ਅਰਥ ਭਰੋਸਾ। ਕਹਿੰਦੇ ਤੇਰੀ ਚੁੱਕੀ ਹੋਈ ਕਸਮ ਦਾ ਕੋਈ ਭਰੋਸਾ ਨਹੀਂ ਹੋਣ, ਕਿਉਂਕਿ ਤੂੰ ਕਿਹਾ ਸੀ ਖੁਦਾ ਗਵਾਹ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਤਾਂ ਉਹਨੂੰ ਰਸਤਾ ਦਿੱਤਾ ਜਾਏਗਾ। ਕਹਿਣ ਲੱਗੇ ਬੇਈਮਾਨ ਬੰਦਿਆ, ਤੂੰ ਰੱਬ ਦੀ ਸਹੁੰ ਖਾ ਕੇ ਮੁੱਕ ਰਿਹਾ, ਇਹਦਾ ਮਤਲਬ ਕਿ ਆਨੰਦਪੁਰ ਸਾਹਿਬ ਡਰ ਕੇ ਨਹੀਂ ਛੱਡਿਆ ਗਿਆ, ਰੱਬ ਦੀ ਸਹੁੰ ਦਾ ਵਾਸਤਾ ਪਾਇਆ ਗਿਆ ਤਾਂ ਛੱਡਿਆ। ਧਰਮ ਦੀ ਵਜ੍ਹਾ, ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜ਼ਦਾ ਯਕੇਸਤ, ਨਾ ਕਤਰਾ ਮਰਾ ਇਤਬਾਰੇ ਬਰੋਸਤ। ਧੰਨ ਗੁਰੂ ਗੋਬਿੰਦ ਸਿੰਘ, ਕਤਰਾ ਥੋੜ੍ਹਾ ਜਿਹਾ ਜਿਹਨੂੰ ਆਪਾਂ ਕਹਿੰਦੇ, ਕਹਿੰਦੇ ਥੋੜ੍ਹਾ ਜਿੰਨਾ ਵੀ ਤੇਰੇ 'ਤੇ ਭਰੋਸਾ ਕੀ ਕਰਨਾ ਕਿ ਤੇਰੇ ਦੀਵਾਨ ਅਤੇ ਤੇਰੇ ਸੈਨਾਪਤੀ ਸਾਰੇ ਝੂਠੇ ਅਤੇ ਮਕਾਰ ਨੇ। ਵਾਹਿਗੁਰੂ, ਇਹ ਸ਼ਬਦ ਬਾਦਸ਼ਾਹ ਨੂੰ ਅੱਜ ਕੋਈ ਕਹਿ ਕੇ ਦੱਸੇ ਖਾਂ? ਮੰਨ ਲਓ ਤੁਸੀਂ ਕਿਸੇ ਸਟੇਟ ਦੇ CM ਨੂੰ ਕਹਿ ਦਿਓ, ਪ੍ਰਧਾਨ ਮੰਤਰੀ ਤਾਂ ਬੜੀ ਦੂਰੀ ਗੱਲ, ਮੈਂ ਕਿਸੇ ਦੇਸ਼ ਦੇ ਕਹਿ ਰਿਹਾ ਕਿ ਤੇਰੇ ਬੰਦੇ ਸਾਰੇ ਬੇਈਮਾਨ, ਅਗਲਾ ਕਹਿ ਗਿਆ ਨੂੰ ਅੰਦਰ ਸੱਟੋ, ਘਰ ਨਹੀਂ ਜਾਣ ਦੇਣਾ। ਮਹਾਰਾਜ ਨੇ ਕਿਹਾ ਨਾ ਕਤਰਾ ਮਰਾ ਇਤਬਾਰੇ ਬਰੋਸਤ ਕੇ ਬਖਸ਼ੀ ਵਾ ਦਿਵਾ ਹਮਾ ਕਿਸਬ ਗੋਸਤ। 6 ਪੋਹ ਨੂੰ ਮਹਾਰਾਜ ਨੇ ਫੈਸਲਾ ਕਰ ਲਿਆ ਜੀ ਛੱਡਣ ਦਾ, ਅਤੇ ਪਤਾ ਛੱਡਿਆ ਕਿਵੇਂ? ਸੰਧਿਆ ਹੋ ਗਈ, ਕਾਫਲੇ ਦੀ ਤਰਤੀਬ ਦੇ ਦਿੱਤੀ, ਮੈਂ 14 ਪੋਹ ਤੱਕ ਸਿਰਫ ਆਪ ਨਾਲ ਬੇਨਤੀ ਕਰਨੀ ਹੈ, ਅਤੇ ਪਲੀਜ਼ ਇਹਨੂੰ ਨੋਟ ਕਰ ਲਿਓ ਜਿਹੜੇ ਘਰਾਂ 'ਚ ਬੈਠੇ ਵੀ। ਇਹ ਨਹੀਂ ਕਿ ਤੁਹਾਨੂੰ ਚੇਤੇ ਨਹੀਂ, ਅਤੇ ਮੈਂ ਪ੍ਰਚਾਰਕ ਹੋਣ ਦੇ ਨਾਤੇ ਨੂੰ ਤਾਜ਼ਾ ਰੱਖਣਾ ਚਾਹੁੰਦਾ। ਮਹਾਰਾਜ ਜੀ ਨੇ ਤਰਤੀਬ ਦੇ ਦਿੱਤੀ, ਸ਼ਾਮ ਨੂੰ ਸੂਰਜ ਢਲਦਿਆਂ ਸਾਰ ਸੱਚੇ ਪਾਤਸ਼ਾਹ ਆਪਣੇ 4 ਬੱਚਿਆਂ ਨੂੰ ਲੈ ਕੇ, ਸਾਹਿਬਜ਼ਾਦਿਆਂ ਨੂੰ, ਆਪਣੇ 2 ਮਹਿਲ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਅਤੇ ਤੀਸਰੇ ਆਪਣੇ ਬਜ਼ੁਰਗ ਮਾਤਾ ਜੀ ਨੂੰ 80 ਸਾਲ ਦੇ ਕਰੀਬ ਮਾਤ ਗੁਜਰੀ ਜੀ ਨਾਲ ਲੈ ਲਿਆ, ਘਰ ਦੇ ਸਾਰੇ ਜੀ ਨਾਲ ਸਿੱਖ ਲਏ। ਆਨੰਦਪੁਰ ਸਾਹਿਬ ਪੂਰਾ ਸਾਰਾ ਇੱਕ ਵਾਰੀ ਮਹਾਰਾਜ ਸ਼ਾਮ ਨੂੰ ਇੱਕ ਇੱਕ ਗਲੀ 'ਚ ਗਏ, ਅਤੇ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੰਜ ਹੈ ਨਾ ਜੀ ਉੱਥੇ, ਅਤੇ ਵੇਖੋ ਮੈਂ ਰਾਤ ਵੀ ਕਿਹਾ, ਪਿਛਲੇ ਸਾਲ ਮੈਂ ਪ੍ਰੋਗਰਾਮ ਕਰਕੇ ਆਇਆ, ਅਤੇ ਮੇਰੀ ਐਤਕੀ 'ਚ 21 ਦਸੰਬਰ ਨੂੰ ਮਹਾਰਾਜ ਸੀਸ ਪਹੁੰਚਣਾ,
ਉਹ ਵੇਖੋ ਐਡੀ ਵੱਡੀ ਘਟਨਾ, ਸ਼ੀਸ਼ ਦਾ ਸੰਸਕਾਰ ਹੁੰਦਾ ਅਤੇ 15 ਬੰਦੇ ਵੀ ਉੱਥੇ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਨਹੀਂ ਹੁੰਦੇ। ਹਾਲਾਂਕਿ ਉਹ ਥੜਾ ਉਹੀ ਹੈ ਜਿਹੜਾ ਥੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ। ਮਹਾਰਾਜ 29 ਸਾਲ ਰਹੇ ਨੇ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ, 29 ਸਾਲ, ਫਿਰ 17 ਸਾਲ ਇੱਕ ਵਾਰੀ, 12 ਸਾਲ ਇੱਕ ਵਾਰੀ, ਪਰ ਪਿਆਰਿਓ 29 ਸਾਲਾਂ ਵਿੱਚ ਇਤਿਹਾਸ ਕਹਿੰਦਾ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਦੇ ਸੀਸਗੰਜ ਵਾਲੀ ਜਗ੍ਹਾ 'ਤੇ ਮੱਥਾ ਟੇਕਣ ਜਾਂਦੇ ਹੁੰਦੇ ਸਨ। ਫਿਰ ਅੱਜ ਸੁਣੋ, ਮਹਾਰਾਜ ਨੇ ਆਉਣ ਲੱਗਿਆਂ ਉੱਥੇ ਤੁਰਨ ਲੱਗੇ ਅਤੇ ਗੁਰਬਖਸ਼ ਉਦਾਸੀ ਸਨ ਜੀ, ਉਹਨਾਂ ਨੂੰ ਹਜ਼ੂਰ ਨੇ ਕਿਹਾ ਕਿ ਅਸੀਂ ਅੱਜ ਆਨੰਦਪੁਰ ਸਾਹਿਬ ਛੱਡ ਦੇਣਾ ਹੈ, ਤੁਸੀਂ ਸਾਡੇ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਹੈ, ਦੀਵਾ ਬੱਤੀ ਕਰਨਾ। ਮੈਂ ਬੇਨਤੀ ਕਰਾਂ, 6 ਪੋਹ ਦੀ ਰਾਤ ਨੂੰ ਸਤਿਗੁਰਾਂ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ। ਅੱਗੇ ਗੁਰੂ ਗੋਬਿੰਦ ਸਿੰਘ ਜੀ ਸਨ, ਵਿਚਕਾਰ ਪਰਿਵਾਰ ਸੀ, ਅਤੇ ਪਿੱਛੇ ਭਾਈ ਉਦੈ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ, ਭਾਈ 6 ਪੋਹ ਦੀ ਰਾਤ ਨੂੰ ਨਿਕਲਿਆ ਜੀ, ਅਤੇ 7 ਪੋਹ ਦਾ ਅੰਮ੍ਰਿਤ ਵੇਲਾ ਸਤਿਗੁਰਾਂ ਨੂੰ ਸਰਸਾ ਦੇ ਕੰਢੇ 'ਤੇ ਹੋਇਆ। ਫਿਰ ਮੇਰੀ ਬੇਨਤੀ, ਡੇਟ ਜ਼ਰੂਰ ਨੋਟ ਰੱਖਿਓ, 7 ਪੋਹ ਨੂੰ ਅੰਮ੍ਰਿਤ ਵੇਲੇ ਦਾ ਦੀਵਾਨ ਮਹਾਰਾਜ ਨੇ ਸਰਸਾ ਦੇ ਕੰਢੇ 'ਤੇ ਲਾਇਆ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਮਾਲ ਦਾ ਦਿਲਰੁਬਾ ਵਜਾਉਂਦੇ ਸਨ। ਮਹਾਰਾਜ ਉਸ ਦਿਨ ਆਸਾ ਕੀ ਵਾਰ ਦਾ ਕੀਰਤਨ ਖੁਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਜੀ। ਇਤਿਹਾਸ ਵਿੱਚ ਕਿ ਲਿਖਿਆ ਜਾਂਦਾ ਹੈ, ਤਾਂ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋਂ ਕੇ ਜ਼ੀਰੋ ਬੰਮ ਕਾ, ਚੜ੍ਹਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਰ ਕਾ, ਜਬ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦਾ ਉੱਥੇ ਕੀਰਤਨ ਕੀਤਾ। ਇੱਥੇ ਯਾਦ ਰੱਖਿਓ, ਜਦੋਂ ਸਤਿਗੁਰੂ 7 ਪੋਹ ਨੂੰ ਕੀਰਤਨ ਕੀਤਾ, ਦੋਨੋਂ ਛੋਟੇ ਸਾਹਿਬਜ਼ਾਦੇ ਪਿਤਾ ਜੀ ਦੇ ਬਿਲਕੁਲ ਸਾਹਮਣੇ ਬੈਠੇ ਸਨ। ਇਹ ਆਖਰੀ ਮਿਲਣੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਦੀ ਅਤੇ ਬਾਬਾ ਫਤਿਹ ਸਿੰਘ ਜੀ ਦੀ 7 ਪੋਹ ਨੂੰ ਅੰਮ੍ਰਿਤ ਵੇਲੇ। ਪਿਆਰਿਓ, ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਨੇ ਜਦੋਂ ਸਰਸਾ ਨੂੰ ਪਾਰ ਕੀਤਾ, ਸਰਸਾ ਪੂਰੇ ਉਫਾਨ 'ਤੇ ਸੀ ਜੀ। ਇੱਕ ਸਾਡੇ ਵਿਦਵਾਨ ਹੋਏ ਨੇ, ਇਹ ਕਰਤਾਰ ਸਿੰਘ ਜੀ ਬਲੱਗਣ, ਉਹ ਕਹਿੰਦੇ ਹੁੰਦੇ ਸਨ, ਕਹਿੰਦੇ ਸਿੰਘਾਂ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਗਦੀ ਉਹ ਸਰਸਾ ਨਹਿਰ, ਆਖੀ ਤੈਨੂੰ ਪੈ ਜਾ ਜ਼ਹਿਰ ਤੇਰੇ, ਆਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ, ਜ਼ਹਿਰ ਕੀਤਾ ਗੁਰਾਂ ਨਾਲ ਤੁਸਾਂ ਵੈਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ 'ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, 7 ਪੋਹ ਨੂੰ ਸਰਸਾ ਨਦੀ ਪਾਰ ਕੀਤੀ ਜੀ। ਪਰਿਵਾਰ 3 ਕਿੱਸਿਆਂ 'ਚ ਵੰਡਿਆ ਗਿਆ। 7 ਪੋਹ ਨੂੰ ਸਿੱਖ ਰੁੜ ਗਏ ਪੂਰੀ ਸਰਸਾ। 7 ਪੋਹ ਨੂੰ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਜੰਗ ਕਰਦੇ ਕਰਦੇ ਕੋਟਲੇ ਨਿਹੰਗ ਖਾਂ ਪਹੁੰਚੇ, ਜਿੱਥੋਂ ਆਪ ਭੱਠਾ ਸਾਹਿਬ ਜਾਂਦੇ ਹੋ ਰੋਪੜ। ਉੱਥੇ ਮਹਾਰਾਜ ਨਿਹੰਗ ਖਾਂ ਦੇ ਘਰ ਰਹੇ। ਨਿਹੰਗ ਖਾਂ ਕੌਣ ਸੀ? ਜਿਹੜੇ ਗਨੀ ਖਾਂ ਨਬੀ ਖਾਂ ਨੇ, ਨਿਹੰਗ ਖਾਂ ਅਤੇ ਗਨੀ ਖਾਂ ਆਪਸ ਵਿੱਚ ਮਾਮੇ ਫੁੱਫੀ ਦੇ ਸਨ ਜੀ। ਫਿਰ ਅਰ ਸੁਣਿਓ, ਨਿਹੰਗ ਖਾਂ ਦੀ ਭੂਆ ਉਮਰੀ, ਉਹਦੇ ਪੁੱਤਰ ਸਨ ਗਨੀ ਖਾਂ ਅਤੇ ਨਬੀ ਖਾਂ। ਇੱਥੇ ਮਹਾਰਾਜ 7 ਪੋਹ ਦਾ ਦਿਨ ਇੱਥੇ ਪਹੁੰਚ ਗਏ ਨੇ ਜੀ। ਥੋੜ੍ਹਾ ਜਿਹਾ ਸਮਾਂ ਰੁਕੇ, ਇੱਥੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆਂ ਨੂੰ ਹਜ਼ੂਰ ਦੇ ਕੋਲ ਲੈ ਕੇ ਆਏ। ਮੈਂ ਬੇਨਤੀ ਕਰਾਂ, 7 ਪੋਹ ਨੂੰ ਸ਼ਾਮ ਨੂੰ ਮਹਾਰਾਜ ਚਮਕੌਰ ਸਾਹਿਬ ਪਹੁੰਚ ਗਏ। 7 ਪੋਹ ਚੇਤੇ ਰੱਖਿਓ, 7 ਪੋਹ, 6 ਪੋਹ ਸਾਰੀ ਰਾਤ ਚੱਲਦੇ ਰਹੇ 7 ਪੋਹ ਦੀ, 7 ਪੋਹ ਸਾਰਾ ਦਿਨ ਸਬਰ 'ਚ ਰਹੇ ਅਤੇ ਮਹਾਰਾਜ 7 ਪੋਹ ਨੂੰ ਚਮਕੌਰ ਸਾਹਿਬ ਪਹੁੰਚ ਗਏ। ਜ਼ਬਰਨਾਮੇ ਅਨੁਸਾਰ 40 ਸਿੰਘ ਨੇ, ਮਹਾਰਾਜ ਆਪ ਨੇ, ਸਾਹਿਬਜ਼ਾਦੇ ਨੇ 7 ਪੋਹ ਦੀ ਰਾਤ ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਦੀ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਆਖਰੀ ਰਾਤ ਸੀ। 8 ਪੋਹ ਦਾ ਦਿਨ ਚੜ੍ਹਿਆ। ਫਿਰ ਅਰਜ ਕਰੋ, ਮੈਂ 6 ਤੋਂ ਚੱਲਿਆ, 8 ਪੋਹ ਦਾ ਦਿਨ ਚੜ੍ਹਿਆ, ਦੁਨੀਆਂ ਦੀ ਇੱਕ ਅਦੁੱਤੀ ਜੰਗ ਸ਼ੁਰੂ ਹੋਈ। ਇੱਕ ਪਾਸੇ 40 ਭੁੱਖੇ ਭਾਣੇ ਸਿੱਖ ਜੀ, ਜ਼ਫਰਨਾਮੇ 'ਚ ਹਜ਼ੂਰ ਨੇ ਕਿਹਾ, ਗੁਰਸਨਾ 'ਚ ਕਾਰੇ ਕੁਨਦ ਚਿਹ ਲਰ ਕੇ ਦਾ ਲਖਬਰ ਆਇਦ ਬਰੋ ਬੇਖਬਰ। ਕਹਿੰਦੇ ਔਰੰਗਜ਼ੇਬ, ਇਹ ਕੋਈ ਲੜਾਈ ਥੋੜ੍ਹਾ ਸੀ? 40 ਸਿੱਖ ਤੇ ਜਿਨ੍ਹਾਂ ਨੇ ਕਈ ਦਿਨਾਂ ਦਾ ਰੋਟੀ ਪਾਣੀ ਕੁਛ ਨਹੀਂ ਖਾਧਾ, ਭੁੱਖ ਨਾਲ ਨਿਡਾਲ ਸਨ, ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ। 8 ਪੋਹ ਦਾ ਦਿਨ ਚੜ੍ਹਿਆ, ਇੱਧਰੋਂ ਦਿੱਲੀ ਤੋਂ ਗਈ ਕੋਈ ਫੌਜ
उधरों जिहड़ी फौज ने घेरा पाया सी 8 महीने सारिया ने कट्ठा वार किया। 8 पोह नूं गुरु गोबिंद सिंह जी ने पहला तीर चलाया, नार खां दी छाती नूं बिन के धरती ते सट दिता। मैं बेनती करा 8 पोह दुपहर तक 17 सिंह शहीद हो गए चमकौर साहब। जदों दिन ढलन लगा बाबा अजीत सिंह जी गए, बाबा जुझार सिंह जी गए। मैं बेनती करा 8 पोह शाम नूं 3 प्यारे भाई हिम्मत सिंह जी, भाई मोहकम सिंह जी, भाई साहब सिंह जी, बाबा अजीत सिंह जी, बाबा जुझार सिंह जी, भाई मनी सिंह दे पुत्र अजैब सिंह जी, अनक सिंह जी, ये सारे। उस तो बाद भाई मक्खण शाह लबाणी का बेटा चमकौर जी पंडित कृपा राम दत्त जिन्हें अमृत छकिया, भाई कृपा सिंह बन के 8 पोह नूं शहीद होया सी जी। मैं आप नूं तां कहा 8 पोह नूं इत्थे सतगुरु शहीद हो गए सिंह सतगुरां दे साहिबजादे। हुण थोड़ा जाओ 8 पोह दी रात नूं गुरु गोबिंद सिंह सच्चे पातशाह महाराज गढ़ी चो निकलदे आ। गल्लां करनियां बड़ियां सौखियां ने, मैं भी चादर लै के हीट कोल बैठा साखा साखी सुनाऊंगा। वो प्यारे कभी महसूस करो 6 पोह दी रात कुछ नहीं खादा, 7 पोह दा दिन कुछ नहीं गुरदेव ने छकिया, 7 पोह दी रात कुछ नहीं मिलिया, 8 पोह नूं सारा दिन जंग लड़ी, 8 पोह दी सारी रात तुरदे रहे, 9 पोह नूं सतगुरु गुरु गोबिंद सिंह जी माछी वाड़े पहुंच गए। हुण थोड़ा जिहा दूजा पासा लै इत्थों माछी वाले पहुंच गए। ये नोट रखियो दूजी गल, 6 पोह दी रात 7 पोह दा दिन जदों चढ़ना सी उस रात माता गुजरी जी, ये छोटे साहिबजादे बाबा फतेह सिंह जी, बाबा जोरावर सिंह जी 7 साल ते 9 साल दे जी विछड़ गए। सारे कपड़े उन्होंने पानी नाल भिजे सन जी सीत नाल। मेरे मन च आया भी जी इन्ना खड़ पानी चाहिए उन्होंने कपड़े कोई बचे थोड़ा होणगे। उत्तों मीह पै रहा तेज हवा चलती है, सरसा दे ठंडे नीर च गुरु गोबिंद सिंह दे दोनों लालां दे कपड़े भिजे पए आ। 7 पोह दी शाम पै गई, ये वाहगुरु ध्यान रखियो 7 पोह दा दिन सारा निकलिया, 7 पोह दी दुपहर ढली। एक कुम्मा माशकी सी ना तू सुनिया, करीम बख्शो दा नाम सी, कन्वर्टड होया सी जी मुसलमान। फिर माता जी जदों उन्हें देखिया कि खच्चर सी कोल छोटे साहबजादे, तो उन्हें पछाण लिया भी ये तो गुरु गोबिंद सिंह जी दे माता जी ने। 7 पोह दी रात वो अपनी झोंपड़ी च लै गया। ये पहली रात सी जी मेरे सतगुरु दे लालां दी, किलियां च रहण वाले पहली रात झोंपड़ी च जमीन ते सुते सन। ये 7 पोह जरूर चेते रखियो प्यारे, कहना बहुत सौखा है। 7 पोह दी रात महाराज दे लाल उत्थे रहिंदे। उस वक्त फिर माता जी नूं पुछदा जी मैं सेवा की करा। मां जी कहिंदे आ कुम्मे नूं कि मेरे बच्चियां नूं भुख लगी है। वो कहिंदा मां जी मेरे घर खाण नूं कुछ नहीं। फिर वो कुम्मा माशकी उसे रात नूं लक्ष्मी ब्राह्मणी उहदे घर जांदा है। वो फिर बजुर्ग सी, वह भोजन तैयार के करके कहिंदी मैं सवेरे आवांगी। 7 पोह नूं शाम साहिबजादे उत्थे रहिंदे आ। 8 पोह नूं सवेरे दिन चढ़दा, 8 पोह नूं फिर गंगू मिलदा है। फिर याद रखियो भावें दो वक्रे होर भी मसंदा, 8 पोह नूं मिलदा है। साहिबजादे खुश हुंदे आ भी चलो गंगू लंगर च होवेगा सेवादार, कोई रसोईया कहा जांदा इहदा मतलब लंगरी बहुत हुंदे आ। उत्थे महाराज जी नूं लाला नूं मिलदा है, वह कहिंदा निश्चिंत रहो मैं अपने तुहानूं गुरु गोबिंद सिंह जी नाल मिलाना। वह बेईमान जान बुझ के उस रस्ते ते ले जाण दी थां वह घुमा फिरा के अपने पिंड वल नूं लै आउंदा। मैं बेनती कराऊं जो रस्ते च बाहर रात एक होर भी रहे ने इतिहासक तथे कहिंदे, पर अर्ज है 8 पोह नूं गंगू अपने घर लै जांदा है, 8 पोह नूं बेईमानी करदा है, 9 पोह नूं सवेरे साहिबजादे पकड़े जांदे आ। जानी खां ते मानी खां इन्हां दोनां साहिबजादियां नूं ए 8 पोह नूं मुरिंडे लै के आ जांदे आ जी। ए उह उत्थे वाहिगुरू जी उत्थे फिर गंगू तुर लग्या, कहिंदा मैनूं इनाम की दिओगे। याद रखियो उहनां 100 रुपया दित्ता, कहिंदा एड्डा वड्डा कम कीता 100 रुपया। उन्हां ने फिर 100 होर दित्ता, 200 रुपया साहिबजादियां दा उह पैसे लै के गया पकड़ाण दे। ये किताब है श्री गुरु दर्शन ज्ञानी ठाकर सिंह साडे बड़े पुराने बजुर्ग होए ने जी पिछली सदी च, उन्होंने लिखे 200 रुपया। मैं बेनती करांगा कि 9 पोह नूं साहिबजादे मुरिंडे रहिंदे आ रात नूं कोतवाली। उधर वजीर खां आ जांदा सरहंद,
आप ये ना कहा जी भी आप शहीदी वाले दिन बैठे सा भाई साहब साका मेरी बेनती है पोह दे महीने दियां तरीकां सीखो कदी ना भुलो हर बजुर्ग अपने बच्चों नूं समझा के जाए बच्चे सत दिन चेते रखियो नौ पोह नूं साहबजादे मुरिंडे च रहिंदे आ ते जदों वजीर खां नूं पता लगता है फिर इत्थों मुरिंडे तो जदों सरहंद जांदे ने इतिहास कहिंदा उस रात दिन दोनों साहबजादियां नूं खत कड़ियां ला दित्तियां गईयां घड़िया च बन के लै गए नौ पो दिन बठिंडे मोरिंडे तो सरहंद प्यारो उ दस पो फिर बेनती कर दस पो ग्यारह पो ते बारह पो तीन रात साहबजादे ठंडे बुरज च रहे ये आप भुल सकते हैं पोह का महीना जी तो मान जी ने सिद्ध कर दिता लोगो आम तौर पर सर्दी दो शरीर बड़ा पकड़ती है एक बच्चे ते एक बजुर्ग न आप कहने ठंड बड़ी बच्चे लुका लो दूजा कहने बजुर्गो ध्यान रखियो ठंड च बचियो याद रखियो ये सत साल ते नौ साल की बाल वरेश है ते दूजे पासे अस्सी साल की मात गुजरी है पोह दा कक्कर ना मां ते असर कर सकिया ना पोतियां ते असर कर सकिया क्योंकि हिरदा वाहगुरु के चरणा जुड़िया है फिर अर्ज है दस ग्यारह ते बारह तीन दिन तसीहे रज के दिते गए जी ये तीन दिन खमचियां मारियां गई गुलेले मारे गए डॉक्टर गंडा सिंह ते लिखते हैं कि साहबजादियां दियां उंगलियां दे विच पलीते रख के थले ये स्किन साड़ी गई डर जान पर नहीं डरे उदन फिर फतवा ला दिता जे ना मल्ले कल नीयां चिण दिता जाएगा तेरह पोह नूं छोटे साहबजादे आए इथों दे समें मुताबक ग्यारह सच्ची जो मैं नोट कर रहा सा जिस वेले गुरु तेग बहादुर की शहीदी हुई सच्चे पिता जी की उस टाइम ही छोटे लाला की शहीदी होंगी है मतलब टाइम डेट तो एक नहीं ना टाइम ग्यारह पौने ग्यारह यही टाइम है हजूर सच्चे पातशाह महाराज जी के दोनों लाल तेरह पोह नूं को के शहीद किए पहला नीहां च तेरह पोह की रात नूं मात गुजरी जी दोनों साहबजादे इन्हां दे तिन्हां दे दोहां साहबजादियां दे शरीर ये हंसला नदी सी जी उत्थे सरहंद उहदे किनारे सट दित्ते गए फिर चौदह पोह नूं टोडर मलाउंदा है वह फिर अपनी अप्रोच करदा है ते फिर उह साहबजादियां दा संस्कार करदा है मेरा ख्याल पंद्रह पोह तक खास करके छे पोह की रात तो लैके तेरह पोह तक घट्टो घट सानूं चेते जरूर रखना चाहीदा दोस्तों ये सी भाई पिंडरपाल सिंह दी एक कथा बड़ी दर्दनाक छे पोह तो तेरह पोह तक सिख इतिहास की है उन्दे बारे दस्या जा रहा सी छे पोह नूं आनंदपुर तो चले ने सत पोह नूं सारा दिन उन्होंने जंग की फिर अठ पोह नूं अजीत सिंह ते जुझार सिंह गोबिंद सिंह साहब तो अलहदा होए ते नौ पोह नूं मतलब के उन्होंने छोटे साहबजादे जोरावर सिंह साहब एंड फतेह सिंह साहब नू वजीर खान दी फौजां फड़ के लै गईयां ते उन्हां ने दीवारां दे विच चिणवा दिता बहुत ही दर्दनाक स्टोरी सी इस वीडियो नू शेयर करन दा मकसद ये वे कि मेरे चैनल दे थ्रू जिहड़े दोस्त ये देख रहे ने वह कम से कम छे पोह तो तेरह पोह तक दा इतिहास सिख ते याद रखा मैनू तो सारा तकरीबन याद हो चुका मैं तीन चार वीडियो देखियां बहुत ही जुलम उदो होया बहुत ज्यादा दर्द भरी दास्तान उदों पेश कीती गई सरसा नदी ते किस तरह उन्होंने रात वेले अमृत वेले उन्होंने आबादत कीती हर चीज नूं अच्छे तरीके दे नाल भाई पिंदरपाल सिंह ने वाजिया कीता दस्या उन्होंने बहुत कथा दे विच इमोशन सी बहुत ज्यादा इन्दे च एक सैडनेस सी लेकिन की कीता जा सकदा एक वक्त गुजर चुकिया लेकिन उन्हों याद करके उन्होंने गम के शरीक होया जा सकता है दोस्तों मेरा जरा माइक है वह थोड़ा जहा खराब है तो इस वजह तो अगर मेरी आवाज थोड़े तक सही नहीं पहुंच रही हुई तो फिर भी तुम मैं दसिया जी मैं इंशाला जल्दी माइक लैन की कोशिश करा तो इस वास्ते अज वीडियो भी मेरी लेट अपलोड हुई क्योंकि मेरा माइक थोड़ा जहा खराब हो गया हूँ ये बहुत ही बड़ा मेरा ख्याल है सिख हिस्टरी दे विच बहुत बड़ा सब तो वड्डा जड़ा इतिहास सब तो वड्डी जड़ी हिस्टरी है
या सब तो वड्डी जिहड़ी जंग चमकौर दी जंग होई जिथे गोबिंद सिंह साहब दा पहले परिवार विछोड़ा पिया फिर उस तो बाद ओ भरा जिहड़े चार भरा सी दो अलहदा होए दुबारा कदी नहीं मिल सके दोस्तों सारी हिस्टरी दा तुहानू पता है। मेरा ये वीडियो शेयर करने का मकसद ये वे कि मैनू भाई भिंदरपाल सिंह दी कथा बहुत प्यारियां लगदियां इन्हां दी कथा अथेंटिक भी हुंदी वैलिड भी हुंदी है दोस्तों इस वास्ते मैं इन्हां नूं सुनना ते अपने चैनल दे थ्रू मैं जिहड़ा हिस्सा पा सकदा सी उन्हां दे दर्द दे विच उन्हां दे दुख दे विच ਉਹ ਕਬੂਲ ਕਰਿਆ ਜੇ ਮਿਲਨੇ ਦੋਸਤ ਨਵੀਂ ਵੀਡੀਓ ਦੇ ਨਾਲ ਮਾਈਕ ਖਰਾਬ ਹੋਣ ਦੀ ਵਜ੍ਹਾ ਤੋਂ ਮੇਰੀ ਆਵਾਜ਼ ਅਗਰ ਨਹੀਂ ਪਹੁੰਚ ਰਹੀ ਸਹੀ ਤਰ੍ਹਾਂ ਫਿਰ ਵੀ ਮੈਨੂੰ ਦੱਸਿਆ ਜੀ ਅੱਲਾਹ ਹਾਫਿਜ਼।